ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਹਾਲ ਚਾਲ? ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਟਰੈਕਿੰਗ ਲਾਈਫ ਦੇ ਉੱਤੇ, ਅਤੇ ਫੇਸਬੁੱਕ ਪੇਜ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰ ਲਿਓ। ਆ ਜੋ ਕਰਦੇ ਹਾਂ ਇੱਕ ਨਵੇਂ ਸਫ਼ਰ ਦੀ ਅੱਜ ਸ਼ੁਰੂਆਤ, ਪੰਜਾਬ ਟੂ ਗੁਜਰਾਤ ਚਮਕੌਰ ਸਾਹਿਬ ਤੋਂ ਤੁਰ ਪਏ ਨੇ ਆਪਾਂ। 2 ਵੱਜ ਗਏ ਨੇ ਅਤੇ ਇਕੱਲੇ ਜਾ ਰਹੇ ਆ। ਆ ਜੋ ਚੱਲੀਏ ਫਿਰ, ਬਾਕੀ ਅੱਗੇ ਦਾ ਹਾਲ ਦੇਖਦੇ ਆ। ਚਲੋ ਜੀ ਮਿੱਤਰ, ਪੁੱਜ ਗਏ ਮੋਰਿੰਡੇ ਅਤੇ ਹੁਣ ਫਤਿਹਗੜ੍ਹ ਸਾਹਿਬ ਵਾਲੀ ਸਾਈਡ ਨੂੰ ਮੁੜਨ ਲੱਗੇ ਨੇ ਆਪਾਂ। ਸਵੇਰ ਦਾ ਟਾਈਮ ਆ, ਜਾ ਰਹੇ ਆਪਾਂ ਹੌਲੀ ਹੌਲੀ। ਆ ਜਾਓ ਚੱਲੀਏ। ਲਓ ਵੀ ਮਿੱਤਰੋ, ਫਤਿਹਗੜ੍ਹ ਸਾਹਿਬ ਮੱਥਾ ਟੇਕਣ ਤੋਂ ਬਾਅਦ ਸਰਹੰਦ ਪੁੱਜ ਗਏ ਨੇ ਆਪਾਂ, ਅਤੇ ਹੁਣ ਪਟਿਆਲੇ ਵਾਲੀ ਸਾਈਡ ਨੂੰ ਮੁੜਾਂਗੇ। ਇੱਥੇ ਤੋਂ ਪਟਿਆਲੇ ਤੋਂ ਆਪਾਂ ਜਾਵਾਂਗੇ ਮੋਣਕ ਤੋਂ ਜਾਵਾਂਗੇ ਢੁਆਣਾ, ਭਾਣੇ ਤੋਂ ਹਿਸਾਰ ਹੁੰਦੇ ਹੋਏ ਜਾਵਾਂਗੇ ਆਪਾਂ ਝੁੱਪਾ ਵਾਲੀ ਸਾਈਡ ਨੂੰ। ਆ ਜਾਓ ਫਿਰ ਚੱਲੀਏ। ਲਓ ਜੀ ਮਿੱਤਰੋ, ਪੁੱਜ ਗਏ ਆਪਾਂ ਸਮਾਣੇ। ਪਟਿਆਲਾ ਕਰ ਲਿਆ ਸੀ ਪਾਰ ਆਪਾਂ ਨੇ, ਅਤੇ ਹੁਣ ਸਮਾਣੇ ਪੁੱਜ ਚੱਲੇ ਨੇ। ਟਾਈਮ ਹੋ ਗਿਆ 4:30, ਆਪਾਂ ਨੂੰ ਘੱਟੋ ਘੱਟ 2 ਘੰਟੇ ਹੋ ਗਏ ਤੁਰੇ ਹੋਇਆਂ ਨੂੰ, 2 ਘੰਟੇ ਤੋਂ ਉੱਪਰੇ ਹੋ ਗਿਆ ਨਾ, 2 ਘੰਟੇ ਹੋਏ ਹੋਣੇ ਆ। ਅਤੇ ਆ ਜਾਓ ਚੱਲੀਏ ਫਿਰ ਹੌਲੀ ਹੌਲੀ ਅੱਗੇ ਨੂੰ। ਸਫ਼ਰ ਲੰਬਾ ਹੌਲੀ ਹੌਲੀ ਨਿਕਲਦਾ ਜਾਊਂਗਾ। ਆ ਜਾਓ। ਲਓ ਵੀ ਮਿੱਤਰੋ, ਦਿਨ ਚੜ ਗਿਆ ਅਤੇ ਹਰਿਆਣਾ ਐਂਟਰ ਕਰ ਗਏ ਨੇ। ਇਸ ਟਾਈਮ ਢੁਆਣੇ ਫਿਰਦੇ ਆਪਾਂ, ਢੁਆਣਾ ਸ਼ਹਿਰ ਪਾਰ ਕਰ ਆਏ ਨੇ। ਢੁਆਣੇ ਤੋਂ ਬਬਰਾਲੇ ਵਾਲੇ ਰੋਡ 'ਤੇ ਆ, ਕਹਿੰਦੇ ਰੋਡ ਟੁੱਟਿਆ ਹੋਇਆ, ਰੋਡ ਬਾਹਲਾ ਹੀ ਟੁੱਟਿਆ ਹੋਇਆ। ਇਹ ਪਿੱਛੇ ਜਿਹਾ ਐਂਟਰ ਕੀਤਾ ਹਰਿਆਣਾ, ਉੱਥੇ ਦਾ ਜਮੀ ਖੱਡੇ ਦੇ ਬਹੁਤ ਬੜੇ ਬੜੇ। ਚਲੋ ਆ ਜਾਓ ਅੱਗੇ ਜਾ ਕੇ ਦੇਖਦੇ ਆ ਜਿੱਦਾਂ ਦਾ ਵੀ ਹੋਇਆ। ਆ ਜਾਓ ਚੱਲੀਏ। ਆਓ ਵੀ ਮਿੱਤਰੋ, ਦੇਖੋ ਹਰਿਆਣੇ ਦੇ ਰੋਡ, ਜਾ ਕਰੂ ਬੰਦਾ ਇੱਥੇ ਬੁਰਾ ਟੁੱਟਾ ਹੀ ਆ, ਕਹਿ ਦਈਏ 2 ਕਿਲੋਮੀਟਰ ਦਾ ਤਸੱਲੀ ਕਰਾਉਣ ਵਾਲਾ। ਜੇ ਕਿਤੇ ਲੈਨ ਗਲਤ ਫੜੀ ਬੰਦੇ ਨੇ, ਮੁੜ ਕੇ ਨਹੀਂ ਨਿਕਲਦੇ ਫਿਰ ਇੱਥੇ ਤੋਂ। ਲਓ ਜੀ, ਕਾਫੀ ਟਾਈਮ ਦੀ ਮਕਸਦ ਤੋਂ ਬਾਅਦ ਆਪਾਂ ਪੁੱਜ ਗਏ ਥੋੜ੍ਹੇ ਜਿਹੇ ਪੱਕੇ ਰੋਡ 'ਤੇ। ਰੋਡ ਇਹ ਵੀ ਟੁੱਟਿਆ ਹੋਇਆ, ਚਲੋ 10 ਕਿਲੋਮੀਟਰ 5 ਕਿਲੋਮੀਟਰ ਟੋਟਾ ਰਹਿ ਗਿਆ ਹੋਣਾ, ਤੋਂ ਆਹ ਬੜੇ ਰੋਡ 'ਤੇ ਚੜ੍ਹ ਜਾਣਾ ਆਪਾਂ ਨੇ। ਆ ਜਾਓ ਚੱਲਦੇ ਆ ਫਿਰ ਹੌਲੀ ਹੌਲੀ ਜੰਗ। ਪੁੱਜ ਗਏ ਬਾਂਦਰਾਂ ਵਾਲੇ ਢਾਬੇ 'ਤੇ, ਦੇਖੋ ਕਿਵੇਂ ਬੈਠੇ ਆ ਟੂਲਾ ਦੇ ਉੱਤੇ ਇਹ। ਚਲੋ ਆਪਾਂ ਚਾਹ ਚੂ ਪੀਂਦੇ ਆ ਚਾਹ ਚੂ ਅਤੇ ਹਸਾਰ ਪੁੱਜ ਚੱਲੇ ਨੇ ਹੁਣ। ਕਰੋ ਢਾਬੇ ਤੋਂ ਆਪਾਂ ਗਏ ਤੁਰ ਅਤੇ ਚਾਹ ਜੂ ਲਈ ਆਪਾਂ ਨੇ ਪੀ, ਅਤੇ ਹੁਣ ਜਾਂਦੇ ਕਰਦੇ ਆ ਗੱਲਬਾਤ ਤੁਹਾਡੇ ਨਾਲ। ਆ ਜਾਓ
ਜੀ ਮਿੱਤਰੋ, ਗਰਮੀ ਪੈ ਰਹੀ ਆ ਪੂਰੀ, 6 ਵੱਜ ਰਿਹਾ ਇਸ ਟਾਈਮ। ਟਾਈਮ ਹਾਲੇ ਹੋਇਆ 8:15, ਆਹ ਹਾਲ ਹੋ ਗਿਆ ਇੱਥੇ। ਅੱਗੇ ਅੱਗੇ ਪਤਾ ਨਹੀਂ ਕੀ ਬਣਨਾ ਜਾਂਦੇ ਹੋਏ। ਆ ਜਾਓ ਫਿਰ ਚੱਲੀਏ ਹੌਲੀ ਹੌਲੀ ਆਪਾਂ ਆਪਣੇ ਸਫ਼ਰ ਵੱਲ ਨੂੰ। ਲਓ ਵੀ ਮਿੱਤਰੋ, ਆਪਾਂ ਪੁੱਜ ਚੱਲੇ ਰਾਜਸਥਾਨ ਦੇ ਵਿੱਚ। ਰਹਿ ਗਿਆ 10-15 ਕਿਲੋਮੀਟਰ। ਗਰਮੀ ਕਹਿੰਦੀ ਦੇਣਾ ਕੀ ਆ, ਆਪਾਂ ਕਹਿੰਦੇ ਦੇ ਤੋਂ ਲੈਣਾ ਕੀ ਆ। ਦੋਏ ਜਾਣੇ ਆਪਸ ਦੇ ਵਿੱਚ ਲੜੀ ਜਾਂਦੇ ਸੀ। ਆ ਜਾਓ ਅੱਗੇ ਦਾ ਮਾਹੌਲ ਦੇਖਦੇ ਆ ਕੀ ਕਹਿੰਦਾ। ਸੂਰਜ ਦੇਵਤਾ ਮਹਾਨ ਹੋਏ ਪਏ ਨੇ। ਆ ਜਾਓ ਚੱਲੀਏ ਫਿਰ। ਲਓ ਵੀ ਮਿੱਤਰੋ, ਦੇਖੋ ਰਾਸਤਾ ਸਟਾਰਟ ਹੋਣੇ ਵਾਲਾ। ਹਾਲੇ ਤਾਂ ਹਰਿਆਣੇ ਦਾ ਵੀ ਇਹੀ ਹਾਲ ਹੈ। ਇੱਧਰ ਰੇਤੇ ਦੇ ਟਿੱਬੇ, ਰਾਜਗੜ੍ਹ ਚੂਰੂ ਆ ਗਿਆ ਸ਼ਿਵਨੀ ਦਾ ਬਾਈਪਾਸ, ਸ਼ਿਵਾਨੀ ਦਾ। ਇੱਧਰ ਤੋਂ ਜਾਂਦੀਆਂ ਨੇ ਤੇ ਆ ਗਿਆ ਇੱਧਰ। ਲਾ ਬਈ ਮਿੱਤਰੋ, ਝੂਪੇ ਖੜੇ ਆਪਾਂ ਤੇ ਆ ਫੌਜੀ ਦੇ ਪੰਪ ਤੋਂ ਪਵਾਇਆ ਆਪਾਂ ਨੇ ਤੇਲ। ਤੇਲ ਇਹਨਾਂ ਦਾ ਇੱਕ ਨੰਬਰ ਹੁੰਦਾ, ਬੰਦੇ ਵੀ ਵਧੀਆ ਨੇ, ਆਪਾਂ ਪਵਾਉਂਦੇ ਇਹਨਾਂ ਕੋਲ ਜਦ ਵੀ ਜਾਈਦਾ ਇੱਧਰ ਨੂੰ। ਤੇ ਹੁਣ ਨਿੰਬੂ ਪਾਣੀ ਪੀਣ ਲੱਗੇ ਆ, ਰੇਡੀਮੈਂਟ ਨਿੰਬੂ ਪਾਣੀ। ਗਰਮੀ ਬਹੁਤ ਜ਼ਿਆਦਾ, ਬੁਰਾ ਹਾਲ ਹੋਇਆ ਹੋਇਆ। ਚਲੋ ਆ ਜਾਓ ਨਿੰਬੂ ਪਾਣੀ ਪੀ ਕੇ ਫਿਰ ਕਰਦੇ ਆ ਤੁਰਦੇ ਆ ਆਪਾਂ ਹੌਲੀ ਹੌਲੀ। ਲਓ ਜੀ, ਲੋਕੀ ਕਹਿੰਦੇ ਹੁੰਦੇ ਆ ਮਹਿੰਗੀ ਤਿਆਰ ਆ 2 ਮਿੰਟ 'ਚ, ਆਪਣਾ ਨਿੰਬੂ ਪਾਣੀ ਤਿਆਰ ਆ। ਅਤੇ ਗਰਮੀ ਬਹੁਤ ਜ਼ਿਆਦਾ, ਆ ਜਾਓ ਚੱਲੀਏ। ਦੇਖੋ ਜੀ, ਗੈਜਿਟ ਆ ਗਿਆ, ਰੇਤਲੇ ਪਹਾੜ। ਰਾਸਤਾ ਸਟਾਰਟ ਹੋਣ ਤੋਂ ਪਹਿਲਾਂ ਹੀ ਜਦ ਇੱਥੇ ਤਰਖਾਣ ਆਉਂਦਾ ਕੁਝ ਨਹੀਂ ਦਿਖਦਾ ਹੈਗਾ। ਇੱਧਰ ਵੀ ਇਹੀ ਹਾਲ ਆ, ਟਾਵਾਂ ਟਾਵਾਂ ਦਰਖਤ ਆ। ਲਓ ਜੀ ਰਾਸਤਾ ਦੇਖ ਲਓ, ਜਿਹੜੇ ਨਹੀਂ ਆਏ ਕਦੀ ਇਹ ਰੋਡ ਨੂੰ, ਇਹ ਰੋਡ ਦੇਖ ਲਓ ਬਾਈ। ਗਰਮੀ ਟੱਪ ਰਿਹਾ ਰੋਡ ਪੂਰਾ ਇਸ ਟਾਈਮ। ਸਾਹਮਣੇ ਤੋਂ ਚਲੋ ਆ ਜਾਓ ਚੱਲੀਏ ਫਿਰ ਹੁਣ ਹੌਲੀ ਹੌਲੀ ਆਪਾਂ ਵੀ ਅੱਗੇ ਨੂੰ, ਆਪਾਂ ਆਪਣਾ ਸਫ਼ਰ ਵੱਧਦੇ ਜਾਈਏ। ਲਓ ਜੀ ਰਾਜਗੜ੍ਹ ਰਾਜਸਥਾਨ, ਦੇਖੋ ਰੇਤਾਂ ਦੇ ਟਿੱਬੇ ਪਏ ਹੋਏ। ਗਰਮੀ ਪੂਰੀ ਅੱਤ ਦੀ ਆ। ਆਈਏ ਸੇਕ ਪੈ ਰਿਹਾ ਰੇਤੇ ਚੋਂ, ਪੁੱਛੋ ਨਾ ਬਈ। ਗੱਡੀ 'ਚ ਬੈਠੇ ਵੀ ਪੈਰ ਸੇਕ ਮਾਰ ਰਹੇ ਆ। ਲਓ ਵੀ ਮਿੱਤਰੋ, ਆਪਾਂ ਪੁੱਜ ਚੱਲੇ ਝੂਰੂ ਦੇ ਕੋਲ। ਰਾਜਸਥਾਨ ਪਹਾੜ, ਮਿੱਟੀ ਰੇਤਾ ਦੇਖੋ। ਅਤੇ ਰੋਡ ਬਣ ਰਿਹਾ, ਕੰਮ ਚੱਲ ਰਿਹਾ ਰੋਡ ਦਾ। ਗਰਮੀ ਪੂਰੀ ਆ, ਸੇਕ ਨਿਕਲਦਾ। ਆ ਜਾਓ ਚੱਲੀਏ ਫਿਰ ਹੌਲੀ ਹੌਲੀ। ਦੇਖੋ ਜੀ ਰਾਜਸਥਾਨ ਦੇ ਜੰਗਲ ਦੇ ਪਹਾੜ। ਗਰਮੀ ਪੂਰੀ ਆ ਬਾਈ, ਮੌਸਮ ਰਹਿਮ ਨਹੀਂ ਕਰ ਰਿਹਾ ਇਸ ਟਾਈਮ।
ਦਾ ਸੇਕ ਨਿਕਲ ਰਿਹਾ। ਆਪਾਂ ਖੜਦੇ ਹਾਂ ਅੱਗੇ ਜਾ ਕੇ ਢਾਬੇ 'ਤੇ, ਆਲ ਚੱਲੀਏ। ਦੇਖੋ ਬਾਈ, ਮਿੰਨੀ ਜੈਸਲਮੇਰ ਉਠਾ ਦੀ ਸਵਾਰੀ ਰੇਤੇ ਦੇ ਵਿੱਚ ਜਿਹਨੇ ਜਿਹਨੇ ਕਰਨੀਆਂ, ਚੂਰੂ ਦੇ ਕੋਲ ਆ ਸਕਦਾ ਜੇ ਜੈਸਲਮੇਰ ਨਹੀਂ ਜਾ ਹੁੰਦਾ ਕਿਸੇ ਕੋਲੋਂ, ਇੱਥੇ ਆ ਸਕਦਾ। ਗੱਡੀਆਂ ਜੀ ਵੀ ਆ। ਲਓ ਮਿੱਤਰੋ, ਢਾਬੇ 'ਤੇ ਰੁਕ ਗਏ ਨੇ ਅਤੇ ਰੋਟੀ ਰੋਟੀ ਖਾਂਦੇ ਆ ਹੁਣ। ਬਾਹਰ ਧੁੱਪਾ ਪੂਰੀ ਆ। ਲਓ ਬਾਈ ਜੀ, ਰੋਟੀ ਰੋਟੀ ਖਾ ਕੇ ਥੋੜ੍ਹਾ ਕੁ ਟਾਈਮ ਆਰਾਮ ਕਰਕੇ ਆਪਾਂ ਤੁਰ ਪਏ ਨੇ ਫਿਰ। ਅਤੇ ਮੌਸਮ ਹੈਗਾ ਬਿਲਕੁਲ ਫਰਕ ਪੈ ਗਿਆ, ਬਿਲਕੁਲ ਵੀ ਨਹੀਂ ਫਰਕ ਪੈ ਗਿਆ, ਠੰਡਾ ਹੋਇਆ ਮੌਸਮ, ਬੱਦਲ ਹੋ ਗਿਆ। ਜੇ ਅੱਜ ਐਂ ਰਹਿ ਜਾਵੇ ਨਜ਼ਾਰਾ ਆ ਜਾਵੇ ਬਾਬਾ, ਆ ਜਾਓ ਫਿਰ ਚੱਲਦੇ ਆ ਹੌਲੀ ਹੌਲੀ। ਲਓ ਬਈ ਮਿੱਤਰੋ, ਫਤਿਹਪੁਰ ਪੁੱਜ ਗਏ ਨੇ ਆਪਾਂ, ਅਤੇ ਬੱਦਲ ਹੋਇਆ ਹੋਇਆ ਥੋੜ੍ਹਾ ਥੋੜ੍ਹਾ, ਚਲੋ ਠੀਕ ਆ, ਇੱਦਾਂ ਦਾ ਮੌਸਮ ਰਹੇ ਤਾਂ ਵਧੀਆ ਆਪਣੇ ਲਈ, ਤਾਂ ਵਧੀਆ ਲਾਹੇ ਮੰਨਦਾ ਹੈ ਮੌਸਮ। ਆਹ ਰੋਡ ਪਤਾ ਨਹੀਂ ਕਿੱਥੋਂ ਆਉਂਦਾ, ਸਿੰਗਲ ਅੱਗੇ ਦਾ ਕਿਤੇ ਤੋਂ ਨਹੀਂ ਆਉਂਦਾ, ਪਿੰਡ ਪੁੰਡ ਦਾ ਗਏ ਦਾ ਲੱਗਦਾ ਜੀ। ਰੱਬ ਨੇ ਸੁਣ ਲਈ ਗਰੀਬਾਂ ਦੀ, ਸ਼ੁਕਰ ਆ। ਥੋੜ੍ਹਾ ਜਿਹਾ ਗਿੱਲਾ ਸਿੱਲਾ ਹੋਣ ਲੱਗਿਆ, ਆ ਜਾਓ ਫਿਰ ਚੱਲਦੇ ਆ, ਚੰਗੀ ਤਰ੍ਹਾਂ ਪੈ ਜਾਵੇ ਤਾਂ ਹੀ ਫਾਇਦਾ। ਆਹ ਦੇਖੋ ਜੀ, ਲੋਕ ਪੱਥਰ ਵੱਢ ਵੱਢ ਕੇ ਗੁਜ਼ਾਰਾ ਕਰਦੇ ਆ ਰਸਤਾ ਦੇ ਵਿੱਚ, ਟਰਾਲੀਆਂ ਭਰ ਕੇ ਵੇਚਦੇ ਨੇ, 300-400 ਰੁਪਏ ਟਰਾਲੀ ਭਰਦੀ ਆ ਜਿਹੜਾ ਕੁੱਟਦਾ ਹੁੰਦਾ ਪੱਥਰ। ਆਹ ਟਰਾਲੀ 300-400 ਰੁਪਏ ਦੀ ਭਰਦੀ ਆ। ਮੌਸਮ ਵਧੀਆ ਹੋ ਗਿਆ ਹੋਇਆ, ਐਵੇਂ ਹੋ ਗਿਆ ਜਿਵੇਂ ਸ਼ਾਮ ਦੇ 6-7 ਵੱਜ ਗਏ, ਵਧੀਆ ਮੌਸਮ ਹੋ ਗਿਆ। ਟਾਈਮ ਹੋਇਆ 3:15, ਮੌਸਮ ਵਧੀਆ ਹੋ ਗਿਆ ਬਈ। ਧੰਨਵਾਦ ਰੱਬਾ ਤੇਰਾ, ਗੌਰ ਕੀਤਾ ਸਾਡਿਆਂ 'ਤੇ ਵੀ। ਲਓ ਬਈ ਮਿੱਤਰੋ, ਰੱਬ ਨੇ ਬੰਨ੍ਹਤੇ ਨਜ਼ਾਰੇ ਅਤੇ ਮੌਸਮ ਡਾਵਾਂ ਡੋਲ ਕਰਤਾ। ਧੰਨਵਾਦ ਬਾਬਾ ਤੇਰਾ, ਹਾਏ ਹਾਏ ਨਜ਼ਾਰਾ ਆ ਗਿਆ ਯਾਰ। ਲਓ ਬਈ ਮਿੱਤਰੋ, ਰਾਜਸਥਾਨ ਦਾ ਰੇਤਲੀ ਤੂਫਾਨ ਵੀ ਦੇਖ ਲਓ, ਉਹ ਵੀ ਆ ਗਿਆ। ਪਹਿਲਾਂ ਮੀਂਹ ਆਇਆ, ਹੁਣ ਰੇਤਲਾ ਤੂਫਾਨ ਆ ਗਿਆ, ਰੇਤਲੀ ਤੂਫਾਨ। ਬੁਰਾ ਹਾਲ ਹੋ ਜਾਂਦਾ ਇੱਥੇ ਲੋਕਾਂ ਦਾ ਬਈ। ਦੇਖੋ ਹਾਲ, ਰਾਜਸਥਾਨ ਦੇ ਵਿੱਚ ਆਹ ਚੀਜ਼ ਹੁੰਦੀ ਹੈ ਮਾੜੀ। ਪਹਿਲਾਂ ਮੀਂਹ ਪੈ ਗਿਆ, ਹੁਣ ਆਹ ਪਤਾ ਨਹੀਂ ਕਿੱਥੋਂ ਆ ਗਿਆ ਉੱਠ ਕੇ। ਕਿਸ਼ਨਗੜ੍ਹ ਪੁੱਜ ਗਏ ਆਪਾਂ, ਉਹ ਕੜੀ ਆਪਣੀ ਗੱਡੀ 'ਤੇ, ਢਾਬੇ 'ਤੇ ਬੈਠੇ ਆ ਮੋਲਕ ਪਤੜਾ ਪਟਿਆਲੇ ਢਾਬੇ 'ਤੇ। ਢਾਬੇ ਦੀ ਲੁੱਕ ਲੁੱਕ ਬਾਲ ਬੋਲ ਕੇ ਬਾਈ ਉਹਨਾਂ ਨੇ। ਮਿੱਤਰੋ, ਖੜੀ ਆਪਣੀ ਗੱਡੀ ਢਾਬੇ 'ਤੇ ਅਤੇ ਆਹ ਗੱਡੀ ਆ ਗਈ ਉਹਨੇ, ਹਾਲੇ ਤਾਂ ਨਵੀਂ ਗੱਡੀਆਂ ਦੇਖਦੇ ਆ, ਨਿਰ ਭੀੜ ਹੁੰਦੀ ਆ ਬਾਅਦ 'ਚੋਂ। ਲਓ ਵੀ ਮਿੱਤਰੋ, ਰਾਤ ਦਾ ਹੋ ਗਿਆ ਟਾਈਮ ਅਤੇ ਹੁਣ ਰੋਟੀ ਖਾਂਦੇ ਆਪਾਂ,
ਢਾਬੇ ਦੀ ਚੱਲਦੀ ਆ ਤਿਆਰੀ, ਹੁਣ ਜਾ ਕੇ ਦੇਖਦੇ ਹਾਂ। ਆ ਜਾਓ ਲਓ ਜੀ, ਰੋਟੀ ਸਬਜ਼ੀ ਲਵਾ ਲਈ ਆਪਣੇ, ਰੋਟੀ ਆਉਂਦੀ ਆ, ਸਿਓ ਭਾਜੀ ਲਵਾਈ ਆ, ਅਤੇ ਆਹ ਸਲਾਦ ਪਿਆ ਨਾਲ ਚਟਨੀ ਆ। ਸਾਹਮਣੇ ਰੌਣਕ ਦੇਖੋ, ਇੱਧਰ ਦੇਖੋ ਸਮਾਨ ਬਾਈ ਨੇ ਰੱਖਿਆ ਹੋਇਆ, ਉਹ ਸਾਹਮਣੇ ਸ਼ੀਸ਼ੇ 'ਚ ਦੇਖੋ ਟਰੱਕ ਖੜਾ ਛੋਟਾ ਜਿਹਾ।